ਮੇਰੇ ਆਪ ਤੇ ਤਸ਼ੱਦਦ ਬਾਰੇ ਜੇ ਮੈਂ ਗੱਲ ਕਰਾਂ ਤਾਂ ਅੱਖਾਂ ਭਰ ਆਉਣਗੀਆਂ। ਪਹਿਲੇ ਦਿਨ ਮੈਨੂੰ 7 ਵਜੇ ਰੈਸਟ ਕੀਤਾ, 4 ਵਜੇ ਇੰਟੈਰੋਗੇਟ ਕੀਤਾ। ਮੈਂ ਇੱਕ ਸਟੋਰੀ ਜੀ ਬਣਾ ਲਈ ਵੀ ਇਹਦੇ ਚੱਲਣਾ। ਜਦੋਂ ਉਹਨਾਂ ਨੇ ਆ ਕੇ ਮੈਨੂੰ ਇੰਟੈਰੋਗੇਟ ਕੀਤਾ, ਮੈਂ ਆਪਦੀ ਸਟੋਰੀ ਤੇ ਪਰਪੱਕ ਰਿਹਾ। ਉਹ ਇੱਕ ਸਿਪਾਹੀ ਮੈਨੂੰ ਗੇੜਾ ਦਬਾਉਂਦਾ ਸੀ ਪਿੱਛੋਂ, ਇੰਟੈਰੋਗੇਟ ਕਰਨ ਤੋਂ ਬਾਅਦ ਗੇੜਾ ਦਬਾਉਂਦੇ ਵੀ ਖੂਨ ਖਾਨ ਨਾ ਖੜ ਜੇ, ਕਹਿੰਦਾ ਤੈਨੂੰ ਏਸ ਆਈ ਭਰਤੀ ਕਰਾ ਦਿਆਂਗੇ, ਸਾਰਾ ਕੁਝ ਦੱਸ ਦੇ। ਮੈਂ ਕਿਹਾ ਤੂੰ ਤਾਂ ਸਿਪਾਹੀ ਇਹ ਜੇ, ਤੂੰ ਏਸ ਆਈ ਕਿਵੇਂ ਕਰਾ ਦੇਗਾ ਮੈਨੂੰ, ਕਰ ਦੇ। ਚਲੋ ਜੀ, ਸਾਰੀਆਂ ਐਕਸਰਸਾਈਜ਼ਾਂ ਕਰਕੇ ਜਿਵੇਂ ਘੋਟਾ 180 ਤੇ ਲੱਤਾਂ ਲਿਜਾ ਕੇ ਨਾ ਪਿੱਛੋਂ, ਫਿਰ ਇੱਥੇ ਪਿੱਛੇ ਦੁਪੱਟਾ ਪਾ ਲੈਂਦੇ ਸੀ, ਮੂਹਰੇ ਅੱਡੀਆਂ ਲਾ ਕੇ ਖਿੱਚ ਦਿੰਦੇ ਸੀ, ਤੇ ਜਿੱਥੇ ਆਪਣੀਆਂ ਮਗਰ ਬਾਹਾਂ ਜਾ ਸਕਦੀਆਂ ਉੱਥੇ ਲੱਤਾਂ ਲੈ ਜਾਂਦੇ ਸੀ, ਤੇ ਉਹਨੂੰ ਅੱਡੀਆਂ ਨਾਲ ਫਿਰ ਸਾਰੇ ਪੱਟਾਂ ਨੂੰ ਕੁੱਟਦੇ ਸੀ। ਬੂਟ ਦੀ ਅੱਡੀ ਨਾੜਾਂ ਬਹੁਤ ਜ਼ਿਆਦਾ ਕਸੀਆਂ ਹੋਈਆਂ ਹੁੰਦੀਆਂ ਸੀ, ਤੇ ਬੂਟ ਦੀ ਅੱਡੀ ਤੇ ਅੱਡੀ ਮਾਰਦੇ ਬੂਟ ਦੀ। ਵਾਹਿਗੁਰੂ ਨੇ ਕਿਰਪਾ ਕੀਤੀ, ਮੇਰੇ ਸਿਰ ਤੇ ਐਸਾ ਮਿਹਰ ਭਰਿਆ ਹੱਥ ਰੱਖਿਆ ਵੀ ਮੈਂ ਉਹਨਾਂ ਨੂੰ 4 ਦਿਨ ਇਹੋ ਗੱਲ ਕਹਿੰਦਾ ਰਿਹਾ ਵੀ ਮੈਨੂੰ ਤੁਸੀਂ ਭੁਲੇਖੇ 'ਚ ਫੜ ਲਿਆ, ਕੋਈ ਹੋਰ ਬੰਦਾ ਹੋ ਸਕਦਾ ਜਿਹੜਾ ਮੇਰੇ ਵਰਗਾ ਹੋਵੇ ਜਾਂ ਨਾ ਮੇਰੇ ਨਾਲ ਰਲਦਾ ਹੋਵੇ, ਤੁਸੀਂ ਉਹਨੂੰ ਫੜਨਾ ਹੋਵੇ ਤੇ ਫੜ ਲਿਆ ਮੈਨੂੰ। 4 ਦਿਨ ਇਹੋ ਗੱਲ ਚੱਲਦੀ ਰਹੀ, 5ਵੇਂ ਦਿਨ ਉਹ ਸਾਰਾ ਕੁਛ ਕਾਪੀ ਤੇ ਲਿਖ ਲਏ। ਲਾਗੇ ਮੈਨੂੰ ਪੁੱਛਣ ਵੀ ਮੋਗੇ ਦਸਾਂਝ ਰੋਡ ਤੇ ਸਕੂਲ ਆ, ਉਹਦੇ 'ਚ ਕੀ ਲੈਣ ਗਏ ਸੀ, ਫਿਰ ਗਰਾਊਂਡ 'ਚ ਕੀ ਲੈਣ ਗਏ ਸੀ, ਫਿਰ ਉਦੋਂ ਗਾਹਾਂ ਕੱਚਾ ਰਾਹ ਜਾਂਦਾ ਸੜਕ ਤੇ ਉੱਧਰ ਤੂੰ ਇਕੱਲਾ ਕੀ ਲੈਣ ਗਿਆ ਸੀ। ਫਿਰ ਮੈਨੂੰ ਮਨ ਚਾਹੀਦੀ ਹਾਂ ਕਹਿ ਦੇਣਾ ਚਾਹੀਦਾ, ਮੈਂ ਕਿਹਾ ਜੀ ਗਏ ਸੀ, ਕੀ ਕਰਨਾ ਸੀ, ਮੈਂ ਕਿਹਾ ਜੀ ਆਹ ਕਰਨਾ। ਉੱਥੇ ਮੋਗੇ ਦੀ ਇੱਕ ਵੱਡੀ ਰਾਜਨੀਤਿਕ ਲੀਡਰ ਦਾ ਬੱਚਾ ਚੱਕਣਾ ਸੀ, ਤੇ ਉੱਥੇ ਪੁਲਿਸ ਨੂੰ ਇਹ ਪਤਾ ਸੀ ਵੀ ਦੀਪੇ ਬਿਨਾਂ ਮੋਗੇ 'ਚ ਕੋਈ ਕੰਮ ਨਹੀਂ ਕਰ ਸਕਦਾ। ਉਹ ਦੀਪੇ ਬਾਰੇ ਮੈਨੂੰ ਪੁੱਛਦੇ ਰਹੇ, ਮੈਂ ਸਿੱਧਾ ਉਹਨਾਂ ਨੂੰ ਦੱਸਤਾ, ਮੈਂ ਕਿਹਾ ਅਸੀਂ 2 ਮਿੰਟ ਦੀ ਕਿਸੇ ਦੀ ਵੇਟ ਨਹੀਂ ਕਰਦੇ ਜੇ ਸਾਡਾ ਬੰਦਾ ਲੇਟ ਹੋ ਜੇ, ਤੁਸੀਂ 4 ਦਿਨ ਲੇਟ ਹੈ, ਦੀਪਾ ਤਾਂ ਕਈ ਸਟੇਟਾਂ ਲੰਘ ਗਿਆ ਹੋਊ। ਸਾਰੀ ਗੱਲ ਮੈਂ ਕਲੀਅਰ ਹੀ ਦੱਸਦੀ ਵੀ ਹਾਂ ਦੀਪੇ ਨਾਲ ਮੇਰੇ ਸੰਬੰਧ ਵੀ ਹੈ, ਇਕੱਠੇ ਕੰਮ ਕਰਦੇ ਹਾਂ, ਸਭ ਕੁਛ ਹੈ। ਫਿਰ ਪੁਲਿਸ SHO ਜਿਹੜੇ ਸੀ ਉਹ 705 'ਚ ਪੈ ਗਏ, ਉਦੇ ਮੈਨੂੰ ਸੀਵੀ ਸਟਾਫ ਛੱਡਿਆ ਹੱਥ ਨੇ ਵੀ ਹੁਣ ਕੀ ਹੋ ਸਕਦਾ। ਉਹ ਸੀਵੀ ਸਟਾਫ ਨਹੀਂ ਦੱਸ ਕੇ ਆਏ ਮੇਰੇ ਬਾਰੇ ਵੀ ਦੀਪੇ ਬਾਰੇ ਵੀ ਇਹਨੂੰ ਪਤਾ। ਸੀਵੀ ਸਟਾਫ ਨੇ ਮੈਨੂੰ 2 ਦਿਨ ਦੀਪੇ ਬਾਰੇ ਪੁੱਛਿਆ ਹੀ ਨਹੀਂ। 3ਜੇ ਦਿਨ ਆ ਕੇ ਮੈਨੂੰ ਦੀਪੇ ਬਾਰੇ ਪੁੱਛਿਆ, ਕਹਿੰਦੇ ਦੀਪੇ ਬਾਰੇ ਦੱਸ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ,
ਕੌਣ ਦੀਪਾ ਹੈ, ਕੀ ਹੈ, ਮੈਂ ਤਾਂ ਜਾਣਦਾ ਹੀ ਨਹੀਂ। ਦੱਸਦੇ ਬਚਨਾ ਬੁੱਚੜ ਕਹਿੰਦੇ ਆ ਮੈਨੂੰ, ਉਹਦੇ ਪੇਸ਼ ਪਿਆ ਵਾ ਤੂੰ, ਦੱਸ ਦੇ ਭਲੀ ਭਾਂਤ ਤੇ ਨਹੀਂ, ਬਹੁਤ ਕੁਛ ਹੋਊਗਾ। ਮੈਂ ਕਿਹਾ ਜੀ ਮੈਨੂੰ ਪਤਾ ਹੀ ਨਹੀਂ, ਕੁੱਟੀ ਪਹਿਲਾਂ 5 ਦਿਨ ਉਹ ਕੁੱਟੀ ਗਏ ਹੈ, ਜੇ ਮੈਨੂੰ ਪਤਾ ਹੁੰਦਾ ਮੈਂ ਦੱਸ ਦਿੰਦਾ, ਐਡੀ ਮੇਰੀ ਮੇਰੀ ਕਿੱਡੀ ਕੁ ਸਿਹਤ ਆ ਵੀ ਮੈਂ ਸਾਰਾ ਕੁਛ ਝੱਲੀ ਜਾਂਦਾ। ਕਹਿੰਦਾ ਫਿਰ ਇੱਥੇ ਹੋਰ ਕੁਛ ਹੈ, ਘੋਟਾ ਲਾਇਆ ਉੱਪਰ ਟੰਗ ਕੇ, ਮੋਢੇ ਬੰਨ ਕੇ ਪਿੱਛੇ ਤਾਂ ਟੰਗ ਲੈਂਦੇ ਆ, 3 ਸਿਪਾਹੀ ਖੜਾ ਤੇ, ਪਹਿਲੇ ਨੇ ਮੋਢਿਆਂ ਤੇ ਡਾਂਗ ਵਾਹੀ, ਜਦੋਂ ਸਲੋਅ ਹੋ ਗਿਆ ਨਾਲ ਦੀ ਨਾਲ ਦੂਜੇ ਨੂੰ ਇਸ਼ਾਰਾ ਮਾਰਿਆ ਉਹਨੇ ਗੋਡਿਆਂ ਤੇ, ਡਾਂਗ ਮਤਲਬ ਖੜਕਦੀ ਸੀ ਜਿਵੇਂ ਆਪਾਂ ਕਿਸੇ ਕੰਧ 'ਚ ਮਾਰ ਦਿੰਦੇ। ਜਦੋਂ ਇਹ ਸਲੋਅ ਹੋ ਗਿਆ ਗੋਡਿਆਂ ਵਾਲਾ, ਤੀਜਾ ਗਿੱਟਿਆਂ ਤੇ ਪੈਰ ਦੀਆਂ ਛੱਤਾਂ ਤੇ ਇਹ ਮਾਰਿਆ, ਉੱਥੋਂ ਲਾ ਕੇ ਫਿਰ ਜੀਭ ਤੇ ਕਰੰਟ ਅੰਦਰੋਂ ਤਾਰ ਆਉਂਦੀ ਸੀ। ਮੈਨੂੰ ਇਹ ਲੱਗਿਆ ਵੀ ਇਹ ਬਿਜਲੀ ਦੀ ਸਿੱਧੀ ਤਾਰ ਤਾਂ ਹੈ ਨਹੀਂ, ਪਤਲੀ ਤਾਰ ਸੀ, ਉਹ ਮਾਰਦੇ ਸੀ ਜੀਭ ਤੇ, ਜੀਭ ਕਢਾਉਂਦੇ ਜੀਭ ਤੇ ਮਾਰਦੇ ਸੀ, ਉਹਦੇ ਨਾਲ ਮੇਰੀ ਸਾਰੀ ਜੀਭ ਪਾਟ ਗਈ। 5 ਕੁ ਸਾਲ ਹੋਏ ਆ ਵੀ ਸਾਫ਼ ਹੋ ਗਈ ਸੀ, ਪਰ ਹੁਣ ਦੁਬਾਰੇ ਵੱਡੇ ਖੱਪੇ ਖੁੱਲਣ ਲੱਗ ਗਏ, ਇਹਦਾ ਹੁਣ ਪਤਾ ਨਹੀਂ ਵਾਹਿਗੁਰੂ ਕੀ ਕਰੂ। ਫਿਰ ਪਾਣੀ 'ਚ ਡਬਾਉਂਦੇ, ਪਾਣੀ ਦਾ ਟੱਬਾ ਐਂ ਰੱਖ ਲੈਂਦੇ ਮੂਹਰੇ, ਵਾਲ ਫੜ ਲੈਂਦੇ ਪਾਣੀ 'ਚ, ਤਾਂ ਪਾਣੀ 'ਚ ਤਾਂ ਇਹ ਸਾਰੀਆਂ ਐਕਸਰਸਾਈਜ਼ਾਂ ਕਰਾ ਕੇ ਫਿਰ ਦੇਣ ਦੇ ਕਾਰਡ 'ਚ, ਜਿਹੜਾ CA ਸਟਾਫ 'ਚ ਮੈਂ 6 ਦਿਨ ਕਾਰਡ 'ਚ ਰਿਹਾ ਨਾ, ਉੱਥੇ ਥੱਲੇ ਕੀੜੇ ਵੀ ਸੀ ਵੱਡੇ, ਉਹ ਮੈਂ ਬੰਦ ਕੀਤਾ ਰਾਤ ਨੂੰ 12-1 ਵਜੇ ਉੱਥੇ, ਦੂਜੇ ਦਿਨ ਸਵੇਰੇ 10-11 ਵਜੇ ਇੱਕ ਬੰਦਾ ਉੱਥੇ ਬੈਠਾ ਲਿਖ ਰਿਹਾ ਸੀ, ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਯਾਰ ਕੀੜੇ ਆ ਬਾਈ ਇੱਥੇ, ਕਹਿੰਦਾ ਪਤਾ ਲੱਗ ਗਿਆ, ਮੈਂ ਕਿਹਾ ਹਾਂ, ਕਹਿੰਦਾ ਤੈਨੂੰ 5-7 ਘੰਟਿਆਂ 'ਚ ਹੀ ਪਤਾ ਲੱਗ ਗਿਆ ਅਤੇ ਅਸੀਂ ਸਾਲਾਂ ਦੇ ਇੱਥੇ ਹਾਂ, ਸਾਨੂੰ ਨਹੀਂ ਪਤਾ, ਹੋਰ ਨਹੀਂ ਬੰਦਾ ਇੱਥੇ ਕੋਈ ਪਤਾ, ਤੈਨੂੰ ਕਿਉਂ ਪਾਇਆ। ਨਹੀਂ ਠੀਕ ਹੈ ਫਿਰ ਕੋਈ ਗੱਲ ਨਹੀਂ। ਬਚਨਾ ਉਹ ਬੈਰਕ ਸੀ ਇੱਕ ਤਰ੍ਹਾਂ ਦੀ, ਬਚਨਾ ਬੁੱਚੜ ਜਿਹੜਾ ਸੀ ਉਹ ਮੇਰੇ ਕੋਲ ਆ ਕੇ ਮੰਜੇ 'ਤੇ ਪੈ ਜਾਂਦਾ, ਗੱਲਾਂ ਬਾਤਾਂ ਹੋਰ ਇੱਧਰ ਉੱਧਰ ਦੀਆਂ ਕਰਦਾ ਰਹਿੰਦਾ, ਮੈਂ ਵੀ ਉਹੋ ਜਿਹੀਆਂ ਕਰੀ ਜਾਂਦਾ। ਉਸ ਤੋਂ ਬਾਅਦ ਜਦੋਂ ਮੈਨੂੰ CA ਸਟਾਫ 'ਚ 6 ਦਿਨ ਰੱਖਿਆ ਅਤੇ ਇੰਟੈਰੋਗੇਟ ਕਰ ਲਿਆ, ਉਦੋਂ ਬਾਅਦ ਵਾਪਸ ਲਿਆਏ ਉਸੇ ਸਮਾਲਸਰ ਵਾਲੀ ਚੌਂਕੀ 'ਚ ਬੰਦ ਕਰਤਾ। ਉਹ ਥੱਲਿਓਂ ਕੱਚਾ ਥਾਂ ਸੀ, ਕਾਠ ਪਈ ਸੀ, ਕਾਠ ਬਰਾਬਰ ਨਹੀਂ ਸੀ, ਪੱਧਰ ਨਹੀਂ ਸੀ, ਉਹ ਕਾਠ ਐਂ ਪਿੱਛੇ ਡਿੱਗ ਪਿਆ ਕਰੇ ਅਤੇ ਆ ਗਿੱਟੇ ਛਿੱਲੇ ਜਾਇਆ ਕਰਨ, ਮੈਂ ਚੱਕ ਕੇ ਸਿੱਧੀ ਕਰਿਆ ਕਰਾਂ ਉਹ ਫਿਰ ਡਿੱਗ ਪਿਆ ਕਰੇ। ਫਿਰ ਔਖ ਸੌਖ ਨਾਲ ਵੀ ਦਰਦ ਹੀ ਇੰਨਾ ਹੋ ਗਿਆ ਵੀ ਛੱਡ ਹੀ ਦਿੱਤਾ ਉਹਨੂੰ, ਪਈ ਰਹਿਣ ਦੇ ਜਿੱਥੇ ਪਈ ਹੈ। ਇਹ ਤੂੰ
ਅੱਗੇ ਇੱਕ ਦਿਨ SSP ਜਸਵਿੰਦਰ ਸਿੰਘ 1:30 ਵਜੇ ਰਾਤ ਨੂੰ ਉੱਥੇ ਆਇਆ। ਉਹ ASI ਮੈਨੂੰ ਕੱਢ ਕੇ ਲਿਆਇਆ, ਚੌਂਕੀ ਇੰਚਾਰਜ ਸੀ ਜਿਹੜਾ। ਉਹ ਕਹਿੰਦਾ ਤੇਰੇ ਵਾਸਤੇ ਆਇਆ, ਹਿਸਾਬ ਨਾਲ ਗੱਲ ਕਰੀ। ਮੈਂ ਗੱਲ ਕੋਈ ਹੈ ਨਹੀਂ, ਮੈਂ ਗੱਲ ਕੀ ਕਰਨੀ ਆ। ਕਹਿੰਦਾ ਖੜਾ ਦੇ ਇੱਥੇ। ਕਹਿੰਦਾ ਜੀ ਖੜਿਆ ਨਹੀਂ ਜਾਂਦਾ, ਬੈਠੂਗਾ ਢੋਲ ਆ ਕੇ। ਕੌਲੇ ਨਾਲ ਢੋਲ ਵਾ ਕੇ ਉਹ ਛਤੜਾ ਜਿਹੀ ਸੀ, ਇੱਕ ਨਵੀਂ ਚੌਂਕੀ ਬਣਾਈ ਹੋਣੀ ਆ ਮੇਰਾ ਖਿਆਲ ਹੈ। ਲੱਤਾਂ ਹਿੱਲ ਨਹੀਂ ਸਕਦੀਆਂ ਸੀ। ਉਹਨੇ ਨਾ ਮੇਰੇ ਨੇੜੇ ਕੁਰਸੀ ਕਰਕੇ ਆਪਦੇ ਬੂਟ ਦੀਆਂ ਅੱਡੀਆਂ ਮਾਰ ਮਾਰ ਕੇ, ਥੱਲੇ ਖੁਰਗਾਂ ਲੱਗੀਆਂ ਸੀ। ਇੱਥੋਂ ਖੂਨ ਤਾਂ ਨਹੀਂ ਨਿਕਲਿਆ, ਖੂਨ ਤਾਂ ਥੋੜ੍ਹਾ ਬਹੁਤਾ ਨਿਕਲਿਆ, ਪਰ ਚਿੱਟਾ ਚਿੱਟਾ ਥਾਂ ਨਿਕਲ ਕੇ ਰਸਣ ਲੱਗ ਗਿਆ। ASI ਨੂੰ ਡਾਂਗ ਲੈਣ ਭੇਜਿਆ ਵਾ ਸੀ, ਉਹ ਡਾਂਗ ਲੈ ਕੇ ਆ ਗਏ ਮਾਰ। ਉਹਨੇ ਪੈਰ ਦੇ ਥੱਲੇ ਜੇ ਮਾਰੀਆਂ ਦੋ, ਤੇ ਬਸ ਫਿਰ ਪਤਾ ਨਹੀਂ SSP ਨੂੰ ਕੀ ਹੋਇਆ, ਉਹਨੂੰ ਗਾਲਾਂ ਦੀ ਵਿਛਾੜ ਦੁਹਰਾ ਦੀ ਤੇ ਡਾਂਗ ਫੜ ਲਿਆ। ਮੈਨੂੰ ਇਹ ਲੱਗਦਾ ਵੀ 150-200 ਡਾਂਗ ਉਹਨੇ ਮੇਰੇ ਮਾਰੀ ਉਦਾਂ ਲੈ ਲੈ ਕੇ। ਫਿਰ ਕਹਿੰਦਾ ਦੱਸ ਦੇ, ਹਜੇ ਵੀ ਕੁਛ ਨਹੀਂ ਵਿਗੜਿਆ, ਆਹ ਕੁਛ ਹੋ ਹੀ ਜਾਂਦਾ ਨਾ, ਤੂੰ ਦੇਖ ਲਿਆ ਤੇਰੇ ਨਾਲ ਕਿੰਨਾ ਕੁਛ ਹੋਇਆ, ਤੇ ਇਦੂ ਗਾਹਣਲਾ ਜਿਹੜਾ ਸਟੈਪ ਹੈ ਉਹ ਖਤਮ ਵਾਲਾ ਹੀ ਹੈ। ਮੈਂ ਕਿਹਾ ਜੀ ਕਰੋ ਕਿਰਪਾ ਖਤਮ ਕਰ ਦਿਓ। ਮੈਂ ਤਾਂ ਬਹੁਤ ਦਿਨਾਂ ਦਾ ਕਹਿੰਦਾ, SHO ਸਾਹਿਬ ਨੂੰ ਵੀ ਕਹਿੰਦਾ, ਸੀ ਸਟਾਫ 'ਚ ਵੀ ਕਿਹਾ ਸੀ ਵੀ ਮਾਰ ਦਿਓ ਜੀ। ਕਹਿੰਦਾ ਐਂ ਨਹੀਂ ਨਾ ਮਾਰਨਾ, ਤੈਨੂੰ ਹੋਰ ਤਰੀਕੇ ਨਾਲ ਮਾਰੇਗਾ ਮਾਰਾਂਗੇ ਜਿਹਦੇ ਨਾਲ ਤੂੰ ਮਤਲਬ ਨੋਚਿਆ ਜਾਵੇ, ਨੋਚ ਨੋਚ ਮਾਰਾਂਗੇ। ਮੈਂ ਕਿਹਾ ਜਿਵੇਂ ਮਾਰੋ ਮਰਜ਼ੀ ਮਾਰ ਦਿਓ, ਕਿਉਂ ਜਾਣ ਦੇ ਯੋਗ ਤਾਂ ਮੈਨੂੰ ਲੱਗਦਾ ਨਹੀਂ ਮੈਂ ਕਦੇ ਹੋਊਂਗਾ। ਪਰ ਫਿਰ ਇੱਕ ਸਿਫਾਰਿਸ਼ ਲੱਗ ਗਈ ਇੱਕ ਦਿਨ ਪਹਿਲਾਂ ਕੋਈ, ਮੈਨੂੰ ਉਹਨੇ ਬਾਗੇ ਵਾਲੇ ਭੇਜਤਾ ਸੀ ਵੀ ਚੜਾ ਦਿਓ ਇਹਨੂੰ SHO ਦੇ ਮੂੰਹ ਦੀ ਗੱਲ ਹੈ ਇਹ। ਕਹਿੰਦਾ ਯਾਰ ਮੈਂ ਪਹਿਲੀ ਯਾਰ ਵੇਖਿਆ ਵੀ ਆਹ ਕੁਛ ਹੋਇਆ ਹੋਵੇ ਵੀ ਟੈਲੀਫੋਨ ਕਰਤਾ ਸੀ ਵੀ ਨਗਾ ਦਿਓ, ਤੇ ਹੁਣ ਕਰਤਾ ਵੀ ਨਹੀਂ ਪੇਸ਼ ਕਰਦੇ। ਮੇਰੇ ਜਿਹੜੇ ਬੰਦੇ ਗਏ ਸੀ ਨਾਲ ਦੇ, ਇੱਕ ਦੋ ਤਾਂ ਰੋਣ ਹੀ ਲੱਗ ਗਏ, ਮੇਰੀਆਂ ਅੱਖਾਂ 'ਚ ਵੀ ਅੱਥਰੂ ਆ ਗਏ। ਮੈਨੂੰ ਕਹਿੰਦਾ ਇੰਨੇ ਦਿਨ ਤੈਨੂੰ ਇੰਟੈਰੋਗੇਟ ਕਰੀ ਗਏ ਆ, ਕਦੇ ਅੱਖ 'ਚ ਤੇਰੇ ਹੰਝੂ ਨੂੰ ਦੇਖਿਆ ਸੀ, ਅੱਜ ਕੀ ਹੋ ਗਿਆ, ਤੈਨੂੰ ਕੁਰਸੀ 'ਤੇ ਬਹਾਇਆ ਵਾ, ਚਾਹ ਤੈਨੂੰ ਕਹੀ ਜਾਂਦੇ। ਮੈਂ ਕਿਹਾ ਜੀ ਇਹ ਉਹ ਅੱਥਰੂ ਨਹੀਂ, ਇਹ ਹਮਦਰਦੀ ਦੇ ਅੱਥਰੂ ਹੈ। ਤੁਹਾਡੇ ਕੋਲ ਮੈਂ ਰੋਈ ਚੀਕੀ ਜਾਂਦਾ, ਤੁਸੀਂ ਕੋਈ ਘੱਟ ਨਹੀਂ ਕਰਨੀ ਸੀ, ਤੁਸੀਂ ਤਾਂ ਆਹੀ ਕੁਛ ਕਰਨਾ ਸੀ ਮੇਰੇ ਨਾਲ ਜਿਹੜਾ ਕੀਤਾ। ਉਸ ਤੋਂ ਬਾਅਦ ਮੈਨੂੰ ਹਵਾਲਾਤ 'ਚ ਬੰਦ ਕਰਤਾ। ਫਿਰ ਜੱਜ ਦੇ ਪੇਸ਼ ਕਰਨ ਵਾਲਾ ਤਾਂ ਮੈਂ ਹੈ ਨਹੀਂ ਸੀ, ਸਰੀਰ ਦਾ ਕੋਈ ਅੰਗ ਵੀ ਮੈਨੂੰ ਉਹ ਜੱਜ ਦੇ ਪੇਸ਼ ਕਰਨ ਦੇ। ਫਿਰ ਆਪਦੇ ਕੁਆਟਰ 'ਚ ਲੈ ਗਏ ਮੈਨੂੰ, ਉੱਥੇ ਮੈਨੂੰ ਨਵਾਇਆ, ਘੱਟੋ ਘੱਟ ਘੰਟਾ 1.5 ਘੰਟਾ ਲਾਇਆ ਹੋਮ ਗਾਰਡੀਆਂ ਨੂੰ, ਸਿਰ ਮਰੋ ਐਂ ਕਰੋ ਐਂ ਕਰੋ। ਫਿਰ ਇੱਕ ਨੂੰ ਲਾਤਾ ਲੱਤਾਂ ਮਾਰਨ ਵੀ ਕਿਹੜਾ ਖੜਾ ਹੁੰਦਾ ਹੋ ਜੇ ਤਾਂ ਜੇਲ੍ਹ ਰੱਖ ਲੇ। ਉਹ ਬੰਦਾ ਵਿਚਾਰਾ ਅਣਜਾਣ ਸੀ ਲੱਤਾਂ ਮਾਰਨ ਵਾਲਾ, ਉਹ ਦੋਨੇ ਪਾਸਿਆਂ ਨੂੰ ਮਲੀ ਗਿਆ ਅਤੇ ਬਾਲ ਤੋੜ ਹੋ ਗਈ।
ਮੈਂ ਉਦੋਂ ਵੀ ਜ਼ਿਆਦਾ ਔਖਾ ਹੋ ਗਿਆ ਅਤੇ ਉਹ ਬੈਠਾ ਸੀ, ਮੈਂ ਉਹਨੂੰ ਰੋਕਤਾ ਸੀ, ਮੈਂ ਕਿਹਾ ਬਸ ਯਾਰ ਨਾ ਕਰ, ਅਤੇ SHO ਆ ਗਿਆ, ਕਹਿੰਦਾ ਕਿਉਂ ਮਰਦਾ ਨਹੀਂ ਹੋਈ? ਮੈਂ ਕਿਹਾ ਜੀ ਮੈਂ ਰੁਕਿਆ, ਇਹ ਤਾਂ ਵਾਲ ਤੋੜ ਹੋ ਗਈ ਆ, ਦੇਖੋ ਸਾਰੇ ਫੈਂਸੀਆਂ ਹੋ ਗਈਆਂ, ਮੈਨੂੰ ਤਕਲੀਫ ਬਹੁਤ ਹੁੰਦੀ ਹੈ। ਉਹ ਕਹਿੰਦਾ ਚੱਲ ਹੌਲੀ ਹੌਲੀ ਕਰ, ਬੰਦ ਨਹੀਂ ਕਰਿਆ ਵੀ ਜੇਲ੍ਹ ਨੇ ਲੈਣਾ ਨਹੀਂ। ਚਲੋ ਦੂਜੇ ਦਿਨ ਮੈਨੂੰ ਪੇਸ਼ ਕਰਤਾ ਅਦਾਲਤ 'ਚ, ਕਹਿੰਦੇ ਇੱਥੇ ਕੁਛ ਬੋਲੀ ਨਾ, ਨਹੀਂ ਫੇਰ ਉਹੀ ਕੁਛ ਹੋ। ਮੈਂ ਕਿਹਾ ਜੀ ਘਾਟ ਰਹਿੰਦੀ ਜੇ ਕੋਈ। ਚਲੋ ਪੇਸ਼ ਕਰਕੇ 4 ਦਿਨਾਂ ਦਾ ਰਿਮਾਂਡ ਲਿਆ। 4 ਦਿਨਾਂ 'ਚ ਉਹਨੇ ਮੈਨੂੰ ਮਾੜਾ ਮੋਟਾ ਜਾਣੀ ਕੰਧ ਕੁੰਧ ਨੂੰ ਹੱਥ ਪਾ ਕੇ ਉੱਠਣ ਲਾਇਆ। ਮੈਂ ਥੋੜ੍ਹਾ ਜਿਹਾ ਉੱਠਣ ਲੱਗਿਆ ਅਤੇ ਰਿਮਾਂਡ ਵੀ ਖਤਮ ਹੋ ਗਿਆ। ਮੈਨੂੰ ਲੈ ਕੇ ਜੇਲ੍ਹ ਨੂੰ ਪੇਸ਼ ਕਰਕੇ ਅਦਾਲਤ 'ਚ, ਉੱਥੇ ਉਹ ਡਿਪਟੀ ਕਹਿੰਦਾ ਵੀ ਮੈਂ ਰੱਖ ਨਹੀਂ ਸਕਦਾ ਇਹ ਬੰਦੇ। ਉਹ ਕਹਿੰਦਾ ਤਾਂ ਖੜਾ ਵੀ ਨਹੀਂ ਹੋ ਸਕਦਾ ਯਾਰ, ਲੱਤਾਂ ਦਾ ਕੀ ਹਾਲ ਹੈ। ਮੈਨੂੰ ਫਿਰ ਉਹ ਜਿਹੜਾ ਥਾਣੇਦਾਰ ਗਿਆ ਸੀ ਨਾ, ਉਹ ਭਲਾ ਮਾਨਸ ਸੀ ਕੇਵਲ ਸਿੰਘ, ਉਹ ਕਹਿੰਦਾ ਇੱਥੇ ਤੈਨੂੰ ਫੇਰ ਰੋਲੀ ਜਾਣਗੇ ਹਵਾਲਾਟ 'ਚ, ਤੂੰ ਔਖ ਸੌਖ ਨਾ ਨਾ ਕੰਧ ਕੁੰਧ ਨੂੰ ਹੱਥ ਪਾ ਕੇ ਉੱਠ ਖੜੀ। ਇਹਨੇ ਨਾ ਆਪਾਂ ਮਿਹਨਤ ਸ਼ਾਮਤ ਵੀ ਥੁੜਕਾਉਣੀ ਕਰ ਲਾਂਗੇ ਡਿਊਟੀ ਦੀ ਅਤੇ ਤੈਨੂੰ ਮੈਂ ਜੇਲ੍ਹ ਦੇ। ਚਲੋ ਉਹੀ ਹੋਇਆ ਜੀ, ਮੈਂ ਕੰਧ ਨੂੰ ਹੱਥ ਪਾ ਕੇ ਮਾੜਾ ਮੋਟਾ ਉੱਠਿਆ ਅਤੇ ਡਿਊਟੀ ਨਾ ਕਰ ਗਿਆ ਫਿਰ ਜੇਲ੍ਹ ਸੁਪਰਡੈਂਟ। ਥਾਣੇਦਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਵੀ ਰੱਖ ਲਓ ਜੀ ਕਰਨਾ। ਫਿਰ ਮੈਂ ਰਿਕੁਐਸਟ ਕੀਤੀ, ਮੈਂ ਕਿਹਾ ਜੀ ਬਹੁਤ ਦੁਖੀ ਹੈ, ਜੇ ਇੱਥੇ ਥੋੜ੍ਹਾ ਜਿਹਾ ਸੌਖਾ ਸਾਹ ਆਜੂ ਕਿਰਪਾ ਕਰਕੇ ਰੱਖ ਲਓ। ਉਹ ਕਹਿੰਦਾ ਜੇ ਇੱਥੇ ਮਰ ਗਿਆ ਮੈਂ ਕੀ ਕਰੂੰ? ਮੈਂ ਕਿਹਾ ਜੀ ਨਹੀਂ ਹੁਣ ਨਹੀਂ ਮਰਦੇ, ਬਹੁਤ ਲੰਘੇ ਚੱਕਰਾਂ 'ਚੋਂ। ਚਲੋ ਉਹਨੇ ਮੈਨੂੰ ਲੈ ਲਿਆ, ਮੇਰੇ ਵਾਲ ਕੱਟੇ ਹੋਣ ਕਰਕੇ ਅਤੇ ਰੰਗ ਗੋਰਾ ਸੀ, ਮੈਨੂੰ ਜਿਹੜੇ ਵਿਚਾਰੇ ਬੈਕਵਰਡ ਕਲਾਸਾਂ ਦੇ ਬੰਦੇ ਸੀ ਜਿਹੜੀ ਬਾਇਕ 'ਚ ਬੰਦ ਕੀਤੇ ਉਹਦੇ 'ਚ ਬੰਦ ਕਰਤਾ। ਚੱਲ ਮੇਰੀਆਂ ਮੁਲਾਕਾਤਾਂ ਜਾਂਦੀਆਂ, ਸਮਾਨ ਜਾਂਦਾ, ਉਹ ਖੁਸ਼ ਸੀ ਵਿਚਾਰੇ ਅਤੇ ਮੇਰੀ ਮਾਲ ਸਮੂਲ ਤੋਂ ਬਹੁਤ ਕਰਦੇ। ਉਦੋਂ ਸਾਧੂ ਸਿੰਘ ਰਾਜੇਆਣਾ MLA ਰਿਹਾ ਪਿੱਛੋਂ, ਉਹ ਵੀ ਸੀਗਾ ਉੱਥੇ। ਬਾਦਲ 29 ਜਾਂ 30 ਤਰੀਕ ਨੂੰ ਦੱਸ ਕੇ ਗਿਆ ਵੀ ਕਰਜੰਟ ਸਿੰਘ ਗੁਰਸਿੰਘ ਵਾਲਾ ਮਾਰਿਆ ਗਿਆ ਸਦੇਵੇਂ ਹੀ 7 ਵਜੇ, ਅਤੇ ਮੈਂ ਲੁਧਿਆਣਾ ਵਾਪਸ ਮੁੜ ਲਿਆ। ਚਲੋ ਮੈਂ ਉਹ ਜਿਹੜੇ ਵਿਚਾਰੇ ਸੀਗੇ ਮੇਰੇ ਨਾਲ ਉਹਨਾਂ ਨਾਲ ਹੀ ਤਾਲਮੇਲ ਰੱਖਿਆ, ਮੈਂ ਸਮਝਿਆ ਹੀ ਨਹੀਂ ਵੀ ਇਹਨਾਂ ਨਾਲ ਤਾਲਮੇਲ ਬਣਾਵਾਂ, ਜੋ ਕੋਈ ਸਮਝਦੇ ਹੈ ਸਮਝ ਹੀ ਜਾਣ ਆਪਾਂ ਨੂੰ ਕੀ ਇੱਡੀ ਹੈਗੀ ਗੱਲ। ਫਿਰ ਉਹਨਾਂ ਨੇ 2 ਦਿਨ ਪਹਿਲਾਂ 2 ਦਿਨ ਬਾਅਦ ਬਰੰਟ ਜਾ ਵੜੇ PDA ਲੱਗ ਗਿਆ, 2 ਦਿਨ ਪਹਿਲਾਂ ਮੈਨੂੰ ਉਹਨਾਂ ਨੇ ਸੱਦਿਆ। ਮੈਂ ਮੁਲਾਕਾਤ ਕਰਕੇ ਆਉਂਦਾ ਸੀ, ਸਮਾਨ ਦੂਜੇ ਮੁੰਡੇ ਚੱਕ ਕੇ ਲਿਆਉਂਦੇ ਸੀ, ਮੈਨੂੰ ਸੱਦਿਆ, ਕਹਿੰਦੇ ਕਾਕਾ ਕਾਹਦੇ 'ਚ ਫਸ ਗਿਆ। ਮੇਰੇ ਦਿਮਾਗ 'ਚ ਇਹ ਗੱਲ ਸੀ ਵੀ ਇਹ ਮੈਨੂੰ ਨੀਵਾਂ ਸਮਝਦੇ ਹੈ,
ਮੈਂ ਨਾਂ ਲੈ ਕੇ ਕਹਿਤਾ, ਮੈਂ ਕਿਹਾ ਉਹਦਾ ਜਵਾਬ ਚੱਕਣਾ ਸੀ ਤੇ ਫਲਾਣੇ ਬੰਦੇ ਨੂੰ ਛਡਾਉਣਾ ਸੀ। ਫਿਰ ਸਾਰੇ ਕੰਬੇ ਥਰ ਥਰ, ਕਹਿੰਦੇ ਯਾਰ ਅਸੀਂ ਗਲਤ ਸਮਝਦੇ ਰਹੇ, ਉਦਾਂ ਦਾ ਤੈਨੂੰ ਇੱਥੇ ਲਿਆਉਣਾ ਚਾਹੀਦਾ ਸੀ, ਸਾਨੂੰ ਐਂ ਕਰਨਾ ਸੀ। ਮੈਂ ਕੋਈ ਗੱਲ ਨਹੀਂ, ਤੁਹਾਨੂੰ ਕਿਹੜਾ ਪਹਿਲਾਂ ਪਤਾ ਸੀ, ਕੋਈ ਗੱਲ ਚਲੋ। ਚਲਦੇ ਚਲਦੇ 17 ਤਰੀਕ ਨੂੰ ਮੇਰੇ ਬਰੰਟ ਉੱਥੇ ਜਾ ਵੜੇ, ਇੱਧਰਲੇ ਜਿਹੜਾ ਭੈਰੂਪਾ ਕਤਲ ਕਾਂਡ ਪਾਇਆ ਇਹਦੇ 'ਚ ਮੇਰਾ ਨਾਂ ਪਾ ਕੇ ਅਤੇ TD ਐਕਟ ਲਾ ਕੇ ਮੇਰੇ ਬਰੰਟ ਉੱਥੇ ਭੇਜਤੇ। ਮੌਕੇ ਮੇਰੀ 20 ਤਰੀਕ ਸੀ। ਡਿਪਟੀ ਕਹਿੰਦਾ ਵੀ ਮੈਂ ਤੇਰੀ ਮਦਦ ਇਹ ਕਰ ਸਕਦਾ, ਤੈਨੂੰ ਫਿਰੋਜ਼ਪੁਰ ਭੇਜ ਸਕਦਾ, ਤੈਨੂੰ ਨਾਭੇ ਭੇਜ ਸਕਦਾ, ਤੈਨੂੰ ਸੰਗਰੂਰ ਭੇਜ ਸਕਦਾ, ਜਿੱਥੇ ਕਹੇਗਾ ਉੱਥੇ ਭੇਜ ਦੂੰ। ਮੈਂ ਕਿਹਾ ਜੀ ਭੇਜ ਤਾਂ ਚਲੋ ਫਿਰੋਜ਼ਪੁਰ ਦੇ, ਪਰ ਆਹ 2 ਦਿਨ ਰੱਖ ਲਓ ਵੀ 20 ਤਰੀਕ ਨੂੰ ਤਰੀਕ ਹੈ, ਮਗਰ ਘਰਦੇ ਹੋਣਗੇ ਉਹਨਾਂ ਨੂੰ ਪਤਾ ਲੱਗ ਜੂ ਵੀ ਚਲ ਫਿਰੋਜ਼ਪੁਰ ਦਾ ਚਲਾਣ ਹੋ ਗਿਆ। ਉਹ ਕਹਿੰਦਾ ਠੀਕ ਹੈ, ਉਹਨੇ ਰੱਖ ਲਿਆ। ਫਿਰ 20 ਤਰੀਕ ਨੂੰ ਜਿਹੜੇ ਸਿਪਾਹੀ ਆਏ ਨਾ, ਪੂਰੇ ਖੱਚ ਜਿਹੇ ਨਹੀਂ ਹੁੰਦੇ ਤੁਸੀਂ ਪੁਰਾਣੇ, ਅਗੜੀ ਦੁਗੜੀ ਦਾੜੀ ਕੱਟੀ ਤੇ ਵਰਦੀਆਂ ਚ ਬਲ ਆ ਗਏ ਸਾਨੂੰ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਜੇ ਤੁਸੀਂ 1 ਘੰਟਾ ਰੁਕ ਜਾਓ, ਤੁਹਾਡਾ ਚਾਹ ਪਾਣੀ ਵੀ ਕਰ ਦਿਆਂਗੇ, ਸਾਡੇ ਘਰਦਿਆਂ ਨੂੰ ਪਤਾ ਲੱਗ ਜੂ, ਅੱਗੇ ਬਾਹਲੇ ਚਿਰ ਬਾਅਦ ਪਤਾ ਲੱਗਿਆ, ਤੇ 1 ਘੰਟਾ ਰੁਕ ਜਾਓ। ਕਹਿੰਦੇ ਨਾ, ਕਹਿੰਦੇ ਤੁਸੀਂ ਥਾਣੇ ਚੱਲ ਕੇ ਕਹੋ ਵੀ ਸਾਡੀ ਜਾਨ ਨੂੰ ਖਤਰਾ ਗੱਡੀ ਦੀ। ਮੈਂ ਕਿਹਾ ਵੀ ਅਸੀਂ ਤਾਂ ਨਹੀਂ ਕਹਿਣਾ। ਕਹਿੰਦਾ ਤੂੰ ਔਖਾ ਹੈ, ਕਿਵੇਂ ਜਾਵਾਂਗੇ ਖੜ ਕੇ। ਮੈਂ ਕਿਹਾ ਮੈਂ ਜਿਵੇਂ ਮਰਜ਼ੀ ਜਾਵਾਂ, ਪਰ ਮੈਂ ਨਹੀਂ ਇਹ ਕਹਿਣਾ। ਜਦੋਂ ਪੇਸ਼ ਕਰਕੇ ਮੋਗੇ ਅੱਡੇ 'ਚ ਚੌਂਕ 'ਚ ਬੱਸ ਖੜੀ ਸੀ, ਕਹਿੰਦਾ ਚੜ੍ਹਨ ਸਾਰ ਨਾ ਜਿਹੜੇ ਬੋਦੀਆਂ ਜੀਆਂ ਵਾਲੇ ਹੈ ਉਹਨਾਂ ਦੇ 3-3, 4-4 ਝਾੜ ਦਿਓ। ਮੈਂ ਕਿਹਾ ਨਾ ਇਹ ਨਹੀਂ ਕਰਨਾ ਮੈਂ। ਕਿਉਂ ਕਰਨਾ? ਕਹਿੰਦਾ ਸ਼ੀਟਾਂ ਛੱਡ ਦੇਣਗੇ। ਮੈਂ ਕਿਹਾ ਸ਼ੀਟ ਦੀ ਲੋੜ ਨਹੀਂ, ਖੜ ਕੇ ਜਾ ਵੜੂੰ, ਥੱਲੇ ਬੈਠ ਕੇ ਜਾ ਵੜੂੰ, ਪਰ ਆ ਕੰਮ ਨਹੀਂ। ਮੈਂ ਕਿਹਾ ਇਹ ਹਿੰਦੂ ਸਿੱਖ ਦੀ ਜਿਹੜੀ ਲੜਾਈ ਬਣਾਈ ਹੈ ਨਾ, ਇਹ ਤੁਸੀਂ ਬਣਾਈ ਹੈ, ਪਹਿਲਾਂ ਕੁਛ ਨਹੀਂ ਸੀ। ਜਿਹੜੇ ਤੁਹਾਡੇ ਕੈਟ ਛੱਡੇ ਹੈ ਉਹਨਾਂ ਨੇ ਇਹ ਜਿਹੜੀ ਲੜਾਈ ਹੈ ਉਹਨੂੰ ਹਿੰਦੂ ਸਿੱਖ ਦੀ ਲੜਾਈ 'ਚ ਕਨਵਰਟ ਕਰਤਾ। ਚਲੋ ਫਿਰੋਜ਼ਪੁਰ ਲੈ ਕੇ ਜੇਲ੍ਹ ਛੱਡੇ ਜੀ। ਵੀਰਵਾਰ ਵਾਲਾ ਦਿਨ ਸੀ, ਸਾਨੂੰ ਬੰਦ ਕਰਤਾ ਚੱਕੀਆਂ 'ਚ। ਸੁਪਰਡੈਂਟ 8ਵੇਂ ਦਿਨ ਆਉਂਦਾ ਸੀ ਪਰੇਡ 'ਤੇ ਜੀ। ਉਹ ਜਿਹੜਾ ਉੱਥੇ ਮਸ਼ਕਤੀ ਸੀ ਵਿਚਾਰਾ, ਕਹਿੰਦਾ ਯਾਰ ਤੁਸੀਂ ਥੋੜ੍ਹਾ ਹੀ ਲੇਟ ਹੋਊਗੇ, ਤੈਨੂੰ ਤਾਂ ਤਕਲੀਫ ਹੀ ਬਹੁਤ ਹੈ ਅਤੇ ਤੁਹਾਨੂੰ ਪਹਿਲਾਂ ਹੀ ਬਾਹਰ ਪਾ ਦੇਣਾ ਸੀ। ਮੈਂ ਕਿਹਾ ਚਲੋ ਜਿਹੜਾ ਕੁਛ ਹੋ ਹੀ ਗਿਆ ਉਹਦਾ ਹੁਣ ਕੀ ਦੇਖਣਾ। ਹਫ਼ਤੇ ਬਾਅਦ ਆਏ ਸੀ ਸੁਪਰਡੈਂਟ, ਬੜੇ ਵਧੀਆ ਸੁਭਾਅ ਦੇ ਅਤੇ ਘੈਂਟ ਸੀ, ਹੁੰਦਲ ਸੀ ਪੂਰਾ ਨਾਮ ਉਹਨਾਂ ਦਾ, ਭੁੱਲ ਗਿਆ। ਮੈਨੂੰ ਕਹਿੰਦੇ ਐਂ, ਉਹ ਪੁੱਛਦੇ ਆਉਂਦੇ ਸੀ ਇਕੱਲੇ ਇਕੱਲੇ ਤੋਂ ਚੱਕੀ 'ਚੋਂ, ਮੈਨੂੰ ਕਹਿੰਦੇ ਵੀ ਕੁਛ ਕੀਤਾ। ਮੈਂ ਕਿਹਾ ਜੀ ਹਾਂ ਕੀਤਾ।
ਮੇਰੇ ਮੋਢੇ ਤੇ ਹੱਥ ਮਾਰ ਕੇ ਕਹਿੰਦੇ ਠੀਕ ਹੈ, ਨਹੀਂ ਕਹਿਣਗੇ ਐਵੇਂ ਫੜਾ ਦੇਈ, ਐਵੇਂ ਫਸਾ ਲਿਆ, ਐਂ ਹੋ ਗਿਆ, ਫਲਾਨੇ ਨਾਲ ਸਾਡੀ ਦੁਸ਼ਮਣੀ ਸੀ ਉਹਨੇ ਫੜਾਤਾ। ਕਹਿੰਦਾ ਇਹੋ ਜਿਹੀਆਂ ਗੱਲਾਂ ਹੀ ਕਰਦੇ ਹੁੰਦੇ ਆ। ਤੂੰ ਪਹਿਲਾ ਬੰਦਾ ਮੈਨੂੰ ਮਿਲਿਆ ਜਿਹਨੇ ਕਿਹਾ ਵੀ ਹਾਂ ਕਰਕੇ ਆਇਆ। ਤੇ ਕਹਿੰਦਾ ਕੀ ਕਰਦਾ ਸੀ? ਮੈਂ ਕਿਹਾ ਜੀ ਪੜ੍ਹਦਾ ਸੀ ਪਹਿਲਾਂ ਤਾਂ, ਉੱਥੋਂ ਚੱਲਿਆ ਕੰਮ ਸਾਰਾ ਸਿਸਟਮ। ਕੀ ਕੀਤਾ? ਮੈਂ ਕਿਹਾ ਮੈਂ ਗੋਲੀ ਕਿਸੇ ਦੇ ਨਹੀਂ ਮਾਰੀ, ਹਥਿਆਰ ਮੈਂ ਨਹੀਂ ਚੱਕਿਆ, ਮੇਰੇ ਸਿਰ ਜ਼ਿੰਮੇਵਾਰੀ ਉਹਨਾਂ ਦੀ ਪਾਈ ਸੀ ਵੀ ਕਿਤੇ ਕੰਮ ਕਰਨਾ ਉਹਦੀ ਰੇਕੀ, ਘੱਟੋ ਘੱਟ 3 ਰਾਹ ਵੀ ਆਹ ਰਾਹ ਜਾਂਦੇ ਆ, ਇਹ ਬੰਦ ਹੋ ਗਿਆ ਤਾਂ ਦੂਜੇ ਮੁੜ ਜਾਓ, ਜੇ ਉਹ ਬੰਦ ਹੋ ਗਿਆ ਤਾਂ ਦੂਜੇ ਮੁੜ ਜਾਓ, ਮਤਲਬ ਪੂਰਾ ਸੁਰੱਖਿਅਤ ਨਿਕਲਣ ਦਾ ਪਲੇਨ ਸੀ। ਪਰ ਮਾਰਿਆ ਮੈਂ ਕਿਸੇ ਨੂੰ ਨਹੀਂ, ਹਾਂ 1-2 ਵਾਰ ਮੈਂ ਖੇਮ ਕਰਨੋਂ ਗੱਡੀ 'ਚ ਜ਼ਰੂਰ ਆਇਆ। ਅਤੇ ਇਹਦੂ ਬਿਨਾਂ ਮੈਂ ਨਹੀਂ ਕੁਛ ਕੀਤਾ। ਘਰੇ ਅਸਲਾ ਬਹੁਤ ਸਾਂਭਿਆ, ਇਹ ਮੈਂ ਦੱਸਦਾ, ਪਨਾਹ ਬਹੁਤ ਵੱਡੀ ਸੀ ਮੇਰੇ ਪਿੰਡ 'ਚ, ਇਹ ਵੀ ਮੈਂ ਦੱਸਦਾ, ਕਿਉਂਕਿ ਉਹਨੇ ਕਿਹੜਾ ਹੁਣ ਮੈਨੂੰ ਇੰਟਰੋਗੇਟ ਕਰਨਾ ਸੀ। ਮੈਨੂੰ ਕਹਿੰਦਾ ਯਾਰ ਤੈਨੂੰ ਕਰਦੇ ਆ ਹਵਾਲਾ 'ਚ, ਪਰ ਮੇਰੀ ਸ਼ਨਾਖਤ ਲਿਖਾਈ ਵੀ ਸੀ ਇੱਧਰ ਕੇਸ 'ਚ, ਸ਼ਨਾਖਤ ਵਾਲੇ ਬੰਦੇ ਨੂੰ ਕੱਢ ਨਹੀਂ ਸਕਦੇ ਹੋਵਾ ਵੀ ਪਛਾਣ ਨਾ ਹੋ ਜੇ ਕਿਤੇ। ਚਲੋ ਮੈਂ ਜਿਹੜਾ ਮੇਰੇ ਨਾਲ ਸੀ ਉਹਨੂੰ ਕੱਢਤਾ, ਮੈਨੂੰ ਉੱਥੇ ਛੱਡਤਾ, ਕਿਉਂ ਸੁਪਰਡੈਂਟ ਦਾ ਕਹਿ ਕੇ ਨੰਘ ਗਿਆ ਨਾ, ਉਹਦਾ ਪੂਰਾ ਸੀ ਅਮਰੀਕ ਸਿੰਘ ਹੁੰਦਲ, ਮੇਰੇ ਯਾਦ ਆ ਗਿਆ, ਬਹੁਤ ਵਧੀਆ ਅਫਸਰ ਸੀ। ਨੰਘ ਕੇ ਜਦੋਂ 10ਵਾਂ ਦਿਨ ਆਇਆ ਅਤੇ ਡਿਪਟੀ ਸੁਪਰਡੈਂਟ ਆਇਆ ਕਰਮ ਸਿੰਘ, ਮੈਂ ਉਹਨਾਂ ਨੂੰ ਬੇਨਤੀ ਕੀਤੀ ਜੀ ਮੇਰੇ ਨਾਲ ਦਿਨ ਤਾਂ ਕੱਢਤਾ ਪਰ ਮੈਨੂੰ ਨਹੀਂ ਕੱਢਿਆ। ਉਹ ਕਹਿੰਦੇ ਵੀ ਤੇਰੀ ਸ਼ਨਾਖਤ ਲਿਖਾਈ ਵੀ ਹੈ। ਮੈਂ ਕਿਹਾ ਜੀ ਸ਼ਨਾਖਤ ਜਿਹੜੀ ਲਿਖਾਈ ਵੀ ਹੈ ਉਹ ਤਾਂ ਮੇਰਾ ਇੱਕ ਤਾਂ ਕਲਾਸ ਫੈਲੋ ਹੈ, ਇੱਕ ਮੇਰੇ ਪਿੰਡ ਦਾ ਸਾਬਕਾ ਸਰਪੰਚ ਹੈ ਜਿਹੜਾ ਕਲਾਸ ਫੈਲੋ, ਉਹਨੂੰ 2 ਗਨਮੈਨ ਵੀ ਮਿਲੇ ਹੋਏ ਹੈ, ਹੋਰ ਸਾਰਾ ਅਸਲਾ ਰੱਖਦਾ ਕੋਲੇ ਉਹ, ਅਤੇ ਉਹ ਅਸਤੀਫਾ ਦੇ ਆਇਆ, ਉੱਥੇ ਲਿਖ ਕੇ ਦੇ ਆਇਆ ਅਤੇ DSP ਨੇ ਉਹਤੋਂ ਗਨਮੈਨ ਵੀ ਵਾਪਸ ਲੈ ਲਏ। ਮੈਂ ਉਹ ਗੱਲ ਨਿਬੜ ਗਈ, ਪਿੰਡ ਵਾਲਾ ਜਾਣਦਾ ਹੀ ਹੈ, ਇਹਨੇ ਤਾਂ ਕਾਰੀ ਦੇ ਹੀ ਦੇਣੇ ਆ, ਐਫੀਡੇਵਿਟ ਦੇ ਦੇਣਾ। ਇਹ ਵਿਚਾਰਾ ਉਦੋਂ ਥੋੜ੍ਹਾ ਜਿਹਾ ਸਰੀਰ ਨਾ ਪਤਾ ਨਹੀਂ ਕਿਉਂ ਆਕੜ ਜੇ ਗਿਆ ਸੀ। ਮਾਤਾ ਨੂੰ ਮੈਂ ਉਹ ਸਰਪੰਚ ਕੋਲੇ ਭੇਜਿਆ ਕਰਾਂ, ਮਾਤਾ 3 ਵਾਰੀ ਤਾਂ ਗਏ, ਹਾਲਾਤ ਹੀ ਇਹੋ ਜਿਹੇ ਸੀ ਵੀ ਜਿਹੜੀ ਮਾਂ ਦਾ ਪੁੱਤ ਇਹਨਾਂ ਹਾਲਾਤਾਂ 'ਚ ਹੋਵੇ ਉਹਨੂੰ ਤਾਂ ਜਿੱਥੇ ਮਰਜ਼ੀ ਕਹਿ ਦੇਈਏ ਉੱਥੇ ਜਾ ਬੈਠਦੀ ਹੈ ਵੀ ਭਾਈ ਇੱਥੋਂ ਮੇਰਾ ਕੋਈ ਬਾਬੇ ਦਿਓ ਹੱਲ ਹੋ ਜੇ, ਕਿਸੇ ਦਿਓ ਹੱਲ ਹੋ ਜੇ। ਅਤੇ ਸਾਨੂੰ ਤਾਂ ਐਂ ਸੀ ਵੀ ਪਿੰਡ ਦਾ ਹੀ ਸਾਡਾ ਹੈਗਾ ਸਰਪੰਚ ਸਾਬਕਾ। ਉਹ ਕਹਿੰਦੀ, ਮਾਤਾ ਕਹਿੰਦੀ ਹੁਣ ਨਹੀਂ ਮੈਂ ਜਾ ਸਕਦੀ, ਮੈਂ 3 ਵਾਰੀ ਜਾ ਆਈ ਅਤੇ ਮੇਰੇ ਨਾਲ ਕੋਈ ਵਧੀਆ ਗੱਲ ਵੀ ਨਹੀਂ ਕਰਦੇ, ਅਤੇ
ਵਿਹਾਰ ਵੀ ਇੰਨਾ ਵਧੀਆ ਨਹੀਂ ਵੀ ਮੈਂ ਨਹੀਂ ਜਾਣਾ, ਹੁਣ ਤੂੰ ਆਪਦਾ ਜੋ ਮਰਜ਼ੀ ਹੱਲ ਕਰ। ਫਿਰ ਮੈਂ ਆਪਦੇ ਭਾਈ ਨੂੰ ਕਿਹਾ, ਮੈਂ ਕਿਹਾ ਵੀ ਫਲਾਣੇ ਥਾਂ ਸੁਨੇਹਾ ਦੇ ਵੀ ਜਾਂ ਤਾਂ ਮੋਗੇ ਮੁਲਾਕਾਤ ਕਰਨ ਚ ਜਾਂ ਇੱਥੇ। ਮੈਂ ਕਿਹਾ ਵੈਸੇ ਮੋਗਾ ਸ਼ੂਟ ਕਰਦਾ ਉਹਨਾਂ ਨੂੰ ਛੇਤੀ ਵੀ ਹੈ, ਹਫ਼ਤੇ ਹਫ਼ਤੇ ਬਾਅਦ ਤਰੀਕ ਆ ਜਾਣੀ ਹੈ। ਚੱਲ ਉਹਨਾਂ ਨੇ ਮੁਲਾਕਾਤ ਕੀਤੀ ਜੀ ਮੇਰੀ, ਦੱਸਿਆ ਹੁਣ ਇਹ ਸਾਰੀ ਕਹਾਣੀ ਵੀ ਐਫੀਡੇਵਿਟ ਨਹੀਂ ਦਿੰਦਾ ਸਰਪੰਚ। ਫਿਰ ਉਹਨਾਂ ਨੇ ਇੱਥੇ ਗੇੜਾ ਬੇੜਾ ਮਾਰਿਆ ਹੋਣਾ ਤੇ ਸਰਪੰਚ ਸਾਹਿਬ ਐਫੀਡੇਵਿਟ ਦੇਣ ਉੱਠ ਗਏ ਤਰੀਕ ਵਾਲੇ ਦਿਨ। ਉਹ ਕੁਦਰਤੀ ਗੱਲ ਸੀ ਵੀ ਸਾਡੇ ਫੂਲ ਅਦਾਲਤ ਚ ਨਾ ਇੱਕ ਜੱਜ ਬਹਿੰਦਾ ਸੀ, ਕਦੇ ਦੋ ਹੋ ਜਾਂਦੇ ਕਦੇ ਇੱਕ, ਇੱਕ ਹੀ ਬੈਠਾ ਸੀ ਦੂਜਾ ਹੈ ਨਹੀਂ ਸੀ। ਮੈਨੂੰ ਫਿਰ ਉਹਨਾਂ ਨੇ ਬਠਿੰਡੇ ਪੇਸ਼ ਕਰਨਾ ਸੀ, ਬਠਿੰਡੇ ਮਗਰ ਜਾ ਵੜੇ ਸਰਪੰਚ ਸਾਹਿਬ। ਮੈਨੂੰ ਕਹਿੰਦੇ ਵੀ ਕੀ ਲਿਖਾ ਕੇ ਦੇਣਾ ਦੱਸ, ਇੰਨੇ ਚਿਰ ਦਾ ਮੇਰੇ ਮਗਰ ਫਿਰਦਾ। ਮੈਂ ਕਿਹਾ ਬਾਈ ਮੈਂ ਮਗਰ ਨਹੀਂ ਫਿਰਦਾ, ਤੂੰ ਮਗਰ ਫੇ ਤੋਰੀ ਫਿਰਨਾ। ਸਾਡਾ ਇੰਨੇ ਸਮੇਂ ਚ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜਿਹੜੇ ਬੰਦੇ ਨੂੰ ਆਖੇ ਗਨਮੈਨ ਮਿਲੇ ਹੋਏ ਸੀ, ਪੂਰੀ ਉਹਦੀ ਅੜਫਸ ਸੀ, ਉਹ ਬੰਦੇ ਨੇ ਉਦਾਂ ਹੀ ਐਫੀਡੇਵਿਟ ਦੇ ਦਿੱਤਾ ਜਿੱਦਾਂ ਉਹਨੂੰ ਪਤਾ ਲੱਗਿਆ ਇਸ ਗੱਲ ਦਾ। ਤੇ ਤੂੰ 3 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਐਫੀਡੇਵਿਟ ਦੇਣ ਨੂੰ ਤਿਆਰ ਨਹੀਂ, ਅੱਜ ਪਤਾ ਨਹੀਂ ਕਿਵੇਂ ਆ ਗਿਆ। ਫੜ ਕੇ ਜੇ ਤੋਰਦੇ ਸੀ ਲਿਜਾ ਕੇ, ਚੱਲ ਕਰਾ ਲਿਆ ਦੇ ਤਾਂ ਐਫੀਡੇਵਿਟ, ਹੁਣ ਤਾਂ ਠੀਕ ਹੈ। ਮੈਂ ਕਿਹਾ ਹਾਂ ਠੀਕ ਹੀ ਹੈ, ਬਸ ਠੀਕ ਹੀ ਮੰਨਣਾ ਪੈਣਾ, ਜਿਹੜਾ ਕੁਛ ਹੋਇਆ ਠੀਕ ਹੈ। ਫਿਰ ਐਫੀਡੇਵਿਟ ਉੱਥੇ ਤਾਂ ਉਹ ਦਿੱਤਾ ਨਹੀਂ ਜਾ ਸਕਦਾ ਸੀ ਕਿਉਂਕਿ ਕੇਸ ਤਾਂ ਫੁੱਲ ਚੱਲਦਾ ਸੀ ਅਸਲ 'ਚ। ਅਗਲੇ 14 ਦਿਨਾਂ ਬਾਅਦ ਉਹ ਐਫੀਡੇਵਿਟ ਉੱਥੇ ਪੇਸ਼ ਕੀਤਾ। ਉੱਥੇ ਇੱਕ ਨਵੀਂ ਗੁੰਝਲ ਸ਼ੁਰੂ ਹੋ ਗਈ। ਜਿਹੜਾ ਆਪਾਂ ਜੇਲ੍ਹ 'ਚ 14 ਦਿਨ ਜਾਂਦੇ ਹਾਂ ਨਾ, ਉਹ ਵੀ ਪੁਲਿਸ ਰਿਮਾਂਡ ਲੈਂਦੀ ਹੈ ਆਪਣਾ 14 ਦਿਨਾਂ ਦਾ, ਨਿਆਇਕ ਰਿਮਾਂਡ। ਉਹ ਜੱਜਾਂ ਦਾ ਮੈਂ ਤਾਂ ਜੀ ਕੇਸ ਨਹੀਂ ਡਿਸਚਾਰਜ ਕਰਦਾ, ਏਡਾ ਬਹੁਤ ਵੱਡਾ ਕੇਸ ਆਇਆ ਜੀ। DSP ਸੀ ਸੁਖਦੇਵ ਸਿੰਘ, ਕਾਫੀ ਚਿਰ ਉਹਦੀ ਬਦਲੀ ਨਹੀਂ ਹੋਈ, ਪਹਿਲਾਂ ਵੀ ਮੇਰੀ ਉਹਨੇ ਬੜੀ ਮਦਦ ਕੀਤੀ। ਤੇ PPC ਮੇਰੇ ਦੋਸਤ ਦਾ ਮਾਮਾ, ਮੋਗੇ ਦਾ ਹੀ ਰਹਿਣ ਵਾਲਾ ਸੀ, ਸੁਭਾਸ਼ ਸ਼ਰਮਾ, ਸਰਕਾਰੀ ਵਕੀਲ ਨਹੀਂ ਇਹ ਸਾਰਾ ਕੁਛ ਕਰਨਾ ਹੁੰਦਾ, ਰਿਮਾਂਡ ਦਿਵਾਉਣਾ ਤੇ ਹੋਰ ਕਰਨਾ। ਉਹਦੀਆਂ 2-3 ਪੇਸ਼ੀਆਂ ਵੀ ਪਈਆਂ SSP ਦੇ, ਪਰ ਉਹ ਕਾਇਮ ਰਹੇ, ਨਹੀਂ ਲੈਣ ਦਿੱਤਾ ਰਿਮਾਂਡ। ਫਿਰ ਜਦੋਂ ਦੂਜਾ ਜੱਜ ਕਹਿੰਦਾ ਮੈਂ ਡਿਸਚਾਰਜ ਨਹੀਂ ਕੇਸ ਕਰਦਾ, ਮਾਮਾ ਜੀ ਉੱਠ ਕੇ DSP ਨਾਲ ਸਲਾਹ ਕਰਨ ਗਏ ਵੀ ਯਾਰ ਐਫੀਡੇਵਿਟ ਦੋਨੇ ਆ ਗਏ ਤੇ ਉਹ ਡਿਸਚਾਰਜ ਕੇਸ ਕਰ ਨਹੀਂ ਰਿਹਾ। ਉਹ ਅੰਦਰ ਹੀ ਉਹਨੂੰ ਪਿੱਛੇ ਦੀ ਮਿਲੇ ਵੀ ਗੱਲ ਆ ਹੈ ਵੀ ਅਸੀਂ ਐਫੀਡੇਵਿਟ ਲੈ ਲਏ ਤੇ ਤੂੰ ਕੇਸ ਡਿਸਚਾਰਜ ਕਰ। ਉਹ ਨਾ ਜੀ ਮੇਰਾ ਖਿਆਲ ਹੈ ਨਿਬੜਿਆ, ਜਾਂ ਇਹ ਕਰ ਲਈ ਵੀ ਗਾਹ ਵਾਲੀ ਤਰੀਕ ਦਾ ਕਰਾਰ ਕਰ ਲਿਆ।
ਚਲੋ ਡਿਪਟੀ ਸਾਹਿਬ ਨੇ ਕਹਿ ਤਾ ਵੀ ਇੱਕ ਰਿਮਾਂਡ ਹੀ ਲੈ ਲੈਂਦੇ ਹਾਂ, ਉਦੋਂ ਬਾਅਦ ਨਹੀਂ ਅਸੀਂ ਲੈਣਾ। ਜਦੋਂ ਫਿਰ 14 ਦਿਨ ਬਾਅਦ ਤਰੀਕ ਆਈ, ਉਹ ਫਿਰ ਗੱਲ ਉੱਥੇ ਜੱਜ ਕਹਿੰਦਾ ਜੀ ਮੈਂ ਤਾਂ ਨਹੀਂ ਕਰਦਾ ਇਹ ਡਿਸਚਾਰਜ। ਡਿਪਟੀ ਕਹਿੰਦਾ ਫਿਰ ਜੇਲ੍ਹ ਕਿਵੇਂ ਭੇਜੇਗਾ, ਭੇਜ ਅਸੀਂ ਤਾਂ ਰਿਮਾਂਡ ਹੀ ਨਹੀਂ ਲੈਣਾ। ਮਤਲਬ ਅਫਸਰਾਂ ਨੇ ਵੀ ਅੜ ਕੇ ਜਾਣੀ ਮੇਰੀ ਮਦਦ ਕੀਤੀ ਤੇ ਮੈਨੂੰ ਬਚਾਇਆ। ਇੱਕ 2 DSP ਸੀ ਜਿਹਨਾਂ ਦਾ ਮੇਰੇ ਬਾਰੇ ਸਾਰਾ ਪਤਾ ਸੀ, ਮੈਨੂੰ ਇੱਕ ਤਰ੍ਹਾਂ ਦਾ ਉਹ ਸੁਰੱਖਿਆ ਦਿੰਦੇ ਤੇ ਉਹ ਕਹਿੰਦੇ ਸੀ ਵੀ ਹਲਕੇ ਚ ਵਾਰਦਾਤ ਨਾ ਹੋਵੇ ਤਾਂ ਇਹਨੂੰ ਨੀ ਕੋਈ ਬੁਲਾਉਂਦਾ। ਸੁਖਦੇਵ ਸਿੰਘ ਸੀ, ਇੱਕ ਹੋਰ ਇੱਧਰ ਸੀਗੇ ਸੁਖਜਿੰਦਰ ਸਿੰਘ, ਉਹਨਾਂ ਦੇ ਕੋਈ ਰਿਲੇਟਿਵ ਇੱਥੇ ਸਾਡੇ ਰਹਿੰਦੇ ਸੀ ਤੇ ਮੇਰਾ ਸਾਰਿਆਂ ਨੂੰ ਕਿਹਾ ਸੀ ਵੀ ਯਾਰ ਆਪਾਂ ਨੂੰ ਨੀ ਕੁਛ ਕਹਿੰਦੇ, ਆਪਾਂ ਨਾ ਕਹੋ। ਇੱਕ ਦਿਨ ਰਾਤ ਨੂੰ ਗੋਲੀ ਚੱਲ ਗਈ ਉਹ DSP ਤੇ, ਚੱਲ ਗੱਡੀ ਭਜਾ ਕੇ ਨੰਘਾ ਲਈ ਤੇ ਤੜਕੇ ਹੀ ਉਹਦਾ ਭਾਣ ਜਿਹਾ ਪੂਰਾ ਹਫਿਆ ਵਾ ਇੱਥੇ ਪਹੁੰਚ ਗਿਆ ਮੇਰੇ ਕੋਲ। ਕਹਿੰਦਾ ਛੇਤੀ ਚੱਲ ਯਾਰ, ਮਾਮਾ ਜੀ ਨੂੰ ਹੋ ਹੀ ਨਾ ਜਾਵੇ ਕੁਛ। ਮੈਂ ਕਿਹਾ ਏਡੀ ਕੀ ਗੱਲ ਹੋਈ, ਚੱਲ ਚਲੋ ਜਾ ਵੜੇ ਅਸੀਂ। ਉਹਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਸੀ ਵੀ DSP ਬੈਠਾ। ਮੈਂ ਕਿਹਾ ਜੀ ਦੱਸੋ ਹੁਕਮ। ਕਹਿੰਦਾ ਯਾਰ ਹੁਕਮ ਕਾਹਦਾ, ਰਾਤ ਗੋਲੀ ਚਲਾ ਤੀ ਮੇਰੇ ਤੇ ਤਾਂ ਮਸਾਂ ਬਚੇ। ਮੈਂ ਕਿਹਾ ਜੀ ਚੱਲਣੀ ਨਹੀਂ ਚਾਹੀਦੀ ਗੋਲੀ, ਮੈਂ ਪਤਾ ਲੈਂਦਾ ਹੁਣ ਜੇ ਕਹਾਂ ਅੱਜ ਹੀ ਪਤਾ ਲੱਗ ਜੂ ਉਹ ਤਾਂ ਨਹੀਂ, 5-7 ਦਿਨਾਂ 'ਚ ਮੈਂ ਤੁਹਾਨੂੰ ਪਤਾ ਲੈ ਕੇ ਦੱਸਦਾ। ਕੁਦਰਤੀ 2-3 ਦਿਨ ਹੀ ਬੰਦੇ ਮਿਲ ਗਏ ਮੈਨੂੰ, ਮੈਂ ਉਹਨਾਂ ਤੋਂ ਪੁੱਛਿਆ, ਮੈਂ ਕਿਹਾ ਐਂ ਗੋਲੀ DSP ਤੇ ਚਲਾਈ? ਉਹ ਕਹਿੰਦੇ DSP ਤੇ ਕਾਹਨੂੰ ਚਲਾਈ ਸੀ, ਅਸੀਂ ਤਾਂ ਨੀਲੀ ਜਿਪਸੀ ਦੇਖ ਕੇ CRP ਤੇ ਚਲਾਈ ਸੀ। ਪਿੱਛੋਂ ਸਿਗਨਲ ਮਿਲ ਗਿਆ ਨੀਲੀ ਹੈ, ਚਲਾ ਤੀ। ਕਹਿੰਦੇ ਜਦੋਂ ਸਾਨੂੰ ਦਿਸਿਆ ਵੀ ਪੰਜਾਬ ਪੁਲਿਸ ਦੀਆਂ ਪੱਗਾਂ ਤੇ, ਅਸੀਂ ਫਾਇਰਿੰਗ ਬੰਦ ਕਰਤੀ। ਉਹਨਾਂ ਤੋਂ ਪੁੱਛ ਲਿਆ ਵੀ ਕਿਹਾ ਕਿ ਫਾਇਰ ਕੀਤੇ ਹੈ? ਜਦੋਂ ਫਿਰ ਮੈਂ DSP ਨੂੰ ਮਿਲਿਆ, ਮੈਂ ਕਿਹਾ ਜੀ ਗੱਲ ਆ ਹੱਸ। ਕਹਿੰਦਾ ਹਾਂ ਜਿਪਸੀ ਪਹਿਲੇ ਦਿਨ ਹੀ ਮਿਲੀ ਸੀ ਉਹ ਨੀਲੀ। ਫਿਰ ਮੈਂ ਕਿਹਾ ਫਾਇਰ ਤੁਹਾਡੇ ਤੇ ਕਿੰਨੇ ਕੀਤੇ? ਕਹਿੰਦਾ ਫਾਇਰ ਵੀ ਉਹਨਾਂ ਨੇ 2-4 ਹੀ ਕੀਤੇ, ਬੰਦ ਕਰਤੇ। ਮੈਂ ਕਿਹਾ ਬਸ ਫਿਰ ਆਹੀ ਕਾਰਨ ਸੀ, ਹੋਰ ਕੋਈ ਗੱਲ ਨਹੀਂ ਸੀ। ਜਦੋਂ ਪੁਲਿਸ ਦੇ ਪਰਿਵਾਰ ਮਾਰੇ, ਉਦੋਂ ਮੇਰੇ ਕੋਲ ਬਥੇਰੇ ਪੁਲਿਸ ਵਾਲੇ ਆਏ, ਸਾਡਾ ਪਰਿਵਾਰ ਜੀ ਬਚਾ ਲਓ ਸਾਡਾ। ਮੈਂ ਕਿਹਾ ਵੀ ਮੈਂ ਕੌਣ ਹਾਂ ਬਚਾਉਣ ਵਾਲਾ, ਬਚਾਉਣਾ ਤਾਂ ਵਾਹਿਗੁਰੂ ਨੇ, ਉਹਦੇ ਅੱਗੇ ਅਰਦਾਸ ਕਰੋ। ਇਸ ਤੋਂ ਅੱਗੇ ਜੇਲ੍ਹ 'ਚ ਬੜਾ ਕੁਛ ਨਵਾਂ ਦੇਖਣ ਨੂੰ ਮੈਨੂੰ ਮਿਲਿਆ। ਚੌਵੀ ਘੰਟੇ ਦੀ ਲੜਾਈ ਉਹ ਬੰਦਿਆਂ ਦੀ ਜਿਹੜੇ ਬੇਕਾਰ ਬੰਦੇ ਸੀ ਉੱਥੇ, ਰਾਸਿਕ ਸੀ, ਸ਼ਰਾਬ 'ਚ ਫੜੇ ਜਾਂਦੇ ਸੀ ਅਤੇ ਆ ਜਾਂਦੇ ਸੀ ਥੋੜ੍ਹੇ ਦਿਨਾਂ ਬਾਅਦ ਜੇਲ੍ਹ 'ਚ। ਇੱਕ ਬੰਦਾ ਮੇਰੇ 1 ਸਾਲ 8 ਦਿਨ ਦੇ ਟਾਈਮ 'ਚ 3 ਵਾਰੀ ਉੱਥੇ ਜੇਲ੍ਹ 'ਚ ਆ ਗਿਆ। ਕਹਿੰਦਾ ਇੱਕ ਵਾਰੀ ਤਾਂ ਮੈਂ ਬਾਈ ਜਾਂਦੇ ਨਹੀਂ ਸਾਈਕਲ ਚੱਕ ਲਿਆ ਅੱਡੇ ਤੋਂ। ਇਸ ਤਰ੍ਹਾਂ ਦੇ ਚੱਕਰ ਜੇਲ੍ਹ 'ਚ ਦੇਖੇ। DSP ਅਮਰਜੀਤ ਸਿੰਘ ਸੰਧੂ ਸੀ, ਇਹ ਮੈਂ ਗੱਲ ਥੋੜ੍ਹੀ ਜਿਹੀ ਭੁੱਲ ਗਿਆ, ਉਹ ਮੇਰੇ ਹਾਤੇ ਦਾ ਇੰਚਾਰਜ ਸੀ ਅਤੇ ਸਾਰੇ ਹਾਤੇ ਵਾਲੇ ਕਹਿੰਦੇ ਸੀ ਵੀ ਬਹੁਤ ਸਖ਼ਤ ਹੈ। ਉਹ ਮੈਨੂੰ ਆਇਆ ਮਿਲਿਆ, ਕਹਿੰਦਾ ਬਾਹਲਾ ਹੀ ਕਰਾਈ ਬੈਠਾ। ਮੈਂ ਕਿਹਾ ਜੀ ਕਿਹੜਾ ਆਪਣੇ ਬੱਸ ਸੀ ਮੇਰੇ,
ਕਰਦਿਆਂ ਤੇਰੇ ਲਾ। ਉਹ ਕਰੀਮਾਂ ਹੀ ਲਿਆਇਆ ਬਾਹਰੋਂ, ਚਾਲ ਵੀ ਸੀ ਮੇਰੇ ਨਾਂ ਹੁਣ ਭੁੱਲ ਗਿਆ, ਇੱਕ ਤਾਂ ਮੂੰਹ ਵੀ ਸੀ ਇੱਕ ਮੈਡੀਕਰੀਮ, ਉਹਨਾਂ ਮਾਲਿਸ਼ ਕਰਾ ਕੇ ਮੁੰਡਿਆਂ ਤੋਂ ਭੂਰਾ ਵਲੇਟ ਕੇ ਉੱਪਰ, ਉਹ ਆ ਜਾ ਕਰੇ ਉਹਨੂੰ ਧੁੱਪੇ ਤੇ ਕਹਿ ਜਾ ਕਰੇ ਵੀ ਇਹਨੂੰ ਮੇਰੇ ਆਉਣ 'ਤੇ ਹੀ ਚੱਕਣਾ। ਹਾਲਾਂਕਿ ਉਹ ਮੁੰਡਿਆਂ ਨੂੰ ਦੱਸ ਜਾਂਦਾ ਸੀ ਵੀ ਇੰਨੇ ਟਾਈਮ ਬਾਅਦ ਚੱਕ ਲਈ, ਅਤੇ ਮੈਂ ਕਿਹਾ ਯਾਰ ਤੁਸੀਂ ਕਹਿੰਦੇ ਸੀ ਡਿਪਟੀ ਬੜਾ ਸਖ਼ਤ ਹੈ ਅਤੇ ਵਧੀਆ ਯਾਰ ਬੰਦਾ। ਚਲੋ ਜੀ, ਉਹਨੇ ਸ਼ਾਇਦ ਜੇ ਉਹ ਨਾ ਮਦਦ ਕਰਦਾ ਤਾਂ ਲੱਤਾਂ ਨਾ ਚੱਲਦੀਆਂ। ਉਹਨੇ ਮੇਰੀ ਬਹੁਤ ਮਦਦ ਕੀਤੀ, ਮੈਂ ਉਹਦਾ ਅਹਿਸਾਨ ਬਣਦਾ।